ਇੱਕ ਵਾਰਾ ਪਸ਼ੂ ਨੇ ਘਰ ਦੇ ਵਿੱਚ ਸੱਥਰ ਵਿਛਾ ਦਿੱਤੇ, ਜਦੋਂ ਦੇਰ ਰਾਤ ਹਨੇਰੇ ਦੇ ਵਿੱਚ ਇੱਕ ਅਵਾਰਾ ਪਸ਼ੂ ਬਾਈਕ ਅੱਗੇ ਆ ਗਿਆ, ਜਿਸ ਕਾਰਨ ਦੋਵੇਂ ਬਾਈਕ ਸਵਾਰ ਥੱਲੇ ਡਿੱਗ ਗਏ, ਜਿਸ ਕਾਰਨ ਦੋਵਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ, ਪਰ ਇੱਕ ਨੌਜਵਾਨ ਦੇ ਗੰਭੀਰ ਸੱਟਾਂ ਲੱਗੇ ਹੋਣ ਕਾਰਨ ਉਸਦੀ ਮੌਤ ਹੋ ਗਈ। ਜਾਣਕਾਰੀ ਮੁਤਾਬਿਕ ਮ੍ਰਿਤਕ ਨੌਜਵਾਨ ਅਜੇ 2.5 ਮਹੀਨੇ ਪਹਿਲਾਂ ਹੀ ਦੁਬਈ ਤੋਂ ਵਾਪਸ ਆਇਆ ਸੀ ਅਤੇ ਨੌਜਵਾਨ ਹੁਣ ਆਪਣੇ ਪਿੱਛੇ ਆਪਣੇ ਦੋ ਮਾਸੂਮ ਬੱਚੇ ਛੱਡ ਗਿਆ, ਜਿਨ੍ਹਾਂ ਵਿੱਚੋਂ ਇੱਕ ਦੀ ਉਮਰ ਮਹਿਜ਼ 4 ਸਾਲ ਦੀ ਹੈ ਤੇ ਇੱਕ ਦੀ ਉਮਰ 8 ਸਾਲ ਹੈ। ਇਸ ਤੋਂ ਇਲਾਵਾ ਦੂਜਾ ਨੌਜਵਾਨ ਵੀ ਗੰਭੀਰ ਜ਼ਖਮੀ ਹੈ, ਜਿਸਦਾ ਅਜੇ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਅਤੇ ਇਹ ਦੋਵੇਂ ਨੌਜਵਾਨ ਇੱਕੋ ਘਰ ਦੇ ਜਵਾਈ ਸਨ। ਇਹ ਘਟਨਾ ਮੋਗਾ ਦੇ ਪਿੰਡ ਦੁਨਕੇ ਤੋਂ ਸਾਹਮਣੇ ਆਈ ਹੈ, ਜਿੱਥੇ ਅਵਾਰਾ ਪਸ਼ੂਆਂ ਦਾ ਆਤੰਕ ਵੇਖਣ ਨੂੰ ਮਿਲ ਰਿਹਾ ਅਤੇ ਹਾਦਸੇ ਦੇ ਵਿੱਚ 38 ਸਾਲ ਦੇ ਇੱਕ ਨੌਜਵਾਨ ਨੂੰ ਆਪਣੀ ਜ਼ਿੰਦਗੀ ਤੋਂ ਹੱਥ ਧੋਣੇ ਪੈ ਗਏ ਨੇ ਅਤੇ ਦੂਜੇ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਫਿਲਹਾਲ ਪਰਿਵਾਰ ਨੇ ਹੁਣ ਪ੍ਰਸ਼ਾਸਨ ਤੋਂ ਇਨਸਾਫ ਦੀ ਗੁਹਾਰ ਲਗਾਈ ਹੈ। ਉਹ ਦੁਨੇ ਸਾਢੂ ਸੀਗੇ ਜੀ, ਅਤੇ ਮੋਗੇ ਤੋਂ ਸਾਈਡ ਤੋਂ ਜਾ ਰਹੇ ਸੀ ਦੁਨੇਕਾ ਪਿੰਡ ਨੂੰ। ਦੁਨੇਕਾ ਕੋਲ ਇੱਕ ਅਵਾਰਾ ਪਸ਼ੂ ਆਇਆ, ਉਹਦੇ ਵਿੱਚ ਟਕਰਾਉਣ ਕਾਰਨ ਉਹਨਾਂ ਦਾ ਜ਼ਮੀਨ 'ਤੇ ਸਿਰ ਵੱਜਿਆ, ਸਿਰ ਵੱਜਣ ਕਾਰਨ ਗੰਭੀਰ ਸੱਟਾਂ ਲੱਗ ਗਈਆਂ। ਉੱਥੋਂ ਸੱਟਾਂ ਲੱਗਣ ਤੋਂ ਚੱਕ ਕੇ ਇਹਨਾਂ ਨੂੰ ਸਿਵਲ ਹਸਪਤਾਲ ਲੈ ਕੇ ਸਿਵਲਾ ਤੋਂ ਇਹਨਾਂ ਰੈਫਰ ਕਰਤਾ ਮੈਡੀਸਿਟੀ 'ਚ। ਮੈਡੀਸਿਟੀ ਦੇ ਵਿੱਚ 2-3 ਦਿਨ ਬਾਅਦ ਰੱਖਣ ਤੋਂ ਬਾਅਦ ਉਹਨਾਂ ਦੀ ਕੱਲ੍ਹ ਡਾਕਟਰਾਂ ਇਹਨਾਂ ਨੂੰ ਮੈਥੋਂ ਕਰਾ ਦਿੱਤਾ ਜੀ। ਕਿੰਨੀ ਕੁ ਉਮਰ ਸੀ ਜੀ? ਨਹੀਂ, 38 ਸਾਲ, 2 ਬੱਚੇ ਆ ਜੀ ਇਹਨਾਂ ਦੇ। ਪਹਿਲਾਂ ਪ੍ਰਦੇਸ਼ ਦੇ ਵਿੱਚ ਆਉਂਦੇ ਸੀ, ਹੁਣ ਇਹਨੇ ਫਿਰ ਜਾਣਾ ਸੀਗਾ ਵਾਪਸ। ਰਵਿੰਦਰ ਕੁਮਾਰ ਸੀ, ਵਾਸੀ ਚੂੜ ਚੱਕਦੇ ਨੇ, ਉਮਰ ਇਹਨਾਂ ਦੀ 38 ਕੁ ਸਾਲ ਆ। ਥੋੜ੍ਹੇ ਦਿਨ ਪਹਿਲਾਂ ਉਹਨੇ ਆ ਰਹੇ ਸੀ ਇੱਧਰੋਂ ਕਲਕਲਾਂ ਸਾਈਡ ਤੋਂ ਆ ਰਹੇ ਸੀ, ਜਦੋਂ ਦੁਨੇ ਕੇ ਪਹੁੰਚੇ ਰਾਤ ਦਾ ਹਨੇਰਾ ਹੋਣ ਕਰਕੇ ਇਹਨਾਂ ਦੇ ਅੱਗੇ ਨਾ ਕੋਈ ਅਵਾਰਾ ਪਸ਼ੂ ਆ ਗਿਆ ਜੀ, ਉਹਦੇ ਕਰਕੇ ਇਹਨਾਂ ਦਾ ਮੋਟਰਸਾਈਕਲ ਥੱਲੇ ਡਿੱਗ ਗਿਆ, ਜਿਹਦੇ ਕਰਕੇ ਇਹਨੂੰ ਨਾ ਥੋੜ੍ਹੀਆਂ ਗੰਭੀਰ ਸੱਟਾਂ ਲੱਗ ਗਈਆਂ ਅਤੇ ਉਹਦੇ ਮੈਡੀਸਿਟੀ ਦਾਖਲ ਰਹੇ ਆ। ਕੱਲ੍ਹ ਅਚਾਨਕ ਉਹਨਾਂ ਦੀ ਕੁਦਰਤੀ ਉੱਥੇ ਮੌਤ ਹੋ ਗਈ ਜੀ ਮੈਡੀਸਿਟੀ, ਜਿਨ੍ਹਾਂ ਦੀ ਡੈੱਡ ਬੋਡੀ ਕੱਲ੍ਹ ਅਸੀਂ ਰਾਤ ਆਪਦੀ ਹਾਜ਼ਰੀ ਵਿੱਚ ਇੱਥੇ ਮੋਰਚਰੀ ਵਿੱਚ ਸਿਵਲ ਹਸਪਤਾਲ ਮੋਗਾ ਜਮ੍ਹਾਂ ਕਰਾ ਗਏ ਸੀ, ਜਿਨ੍ਹਾਂ ਦਾ ਅੱਜ ਪੋਸਟਮਾਰਟਮ ਹੋਇਆ। ਪੋਸਟਮਾਰਟਮ ਹੋਣ ਤੋਂ ਬਾਅਦ ਲਾਸ਼ ਜਿਹੜੀ ਵਾਰਸਾਂ ਦੇ ਹਵਾਲੇ ਕੀਤੀ ਜਾ ਰਹੀ ਜੀ। ਇੱਕ ਵਾਰਾ ਪਸ਼ੂ ਨੇ ਘਰ ਦੇ ਵਿੱਚ ਸੱਥਰ ਵਿਛਾ ਦਿੱਤੇ, ਜਦੋਂ ਦੇਰ ਰਾਤ ਹਨੇਰੇ ਦੇ ਵਿੱਚ ਇੱਕ ਅਵਾਰਾ ਪਸ਼ੂ ਬਾਈਕ ਅੱਗੇ ਆ ਗਿਆ, ਜਿਸ ਕਾਰਨ ਦੋਵੇਂ ਬਾਈਕ ਸਵਾਰ ਥੱਲੇ ਡਿੱਗ ਗਏ, ਜਿਸ ਕਾਰਨ ਦੋਵਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ, ਪਰ ਇੱਕ ਨੌਜਵਾਨ ਦੇ ਗੰਭੀਰ ਸੱਟਾਂ ਲੱਗੇ ਹੋਣ ਕਾਰਨ ਉਸਦੀ ਮੌਤ ਹੋ ਗਈ। ਜਾਣਕਾਰੀ ਮੁਤਾਬਿਕ ਮ੍ਰਿਤਕ ਨੌਜਵਾਨ ਅਜੇ 2.5 ਮਹੀਨੇ ਪਹਿਲਾਂ ਹੀ ਦੁਬਈ ਤੋਂ ਵਾਪਸ ਆਇਆ ਸੀ ਅਤੇ ਨੌਜਵਾਨ ਹੁਣ ਆਪਣੇ ਪਿੱਛੇ ਆਪਣੇ ਦੋ ਮਾਸੂਮ ਬੱਚੇ ਛੱਡ ਗਿਆ, ਜਿਨ੍ਹਾਂ ਵਿੱਚੋਂ ਇੱਕ ਦੀ ਉਮਰ ਮਹਿਜ਼ 4 ਸਾਲ ਦੀ ਹੈ ਤੇ ਇੱਕ ਦੀ ਉਮਰ 8 ਸਾਲ ਹੈ। ਇਸ ਤੋਂ ਇਲਾਵਾ ਦੂਜਾ ਨੌਜਵਾਨ ਵੀ ਗੰਭੀਰ ਜ਼ਖਮੀ ਹੈ, ਜਿਸਦਾ ਅਜੇ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਅਤੇ ਇਹ ਦੋਵੇਂ ਨੌਜਵਾਨ ਇੱਕੋ ਘਰ ਦੇ ਜਵਾਈ ਸਨ। ਇਹ ਘਟਨਾ ਮੋਗਾ ਦੇ ਪਿੰਡ ਦੁਨਕੇ ਤੋਂ ਸਾਹਮਣੇ ਆਈ ਹੈ, ਜਿੱਥੇ ਅਵਾਰਾ ਪਸ਼ੂਆਂ ਦਾ ਆਤੰਕ ਵੇਖਣ ਨੂੰ ਮਿਲ ਰਿਹਾ ਅਤੇ ਹਾਦਸੇ ਦੇ ਵਿੱਚ 38 ਸਾਲ ਦੇ ਇੱਕ ਨੌਜਵਾਨ ਨੂੰ ਆਪਣੀ ਜ਼ਿੰਦਗੀ ਤੋਂ ਹੱਥ ਧੋਣੇ ਪੈ ਗਏ ਨੇ ਅਤੇ ਦੂਜੇ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਫਿਲਹਾਲ ਪਰਿਵਾਰ ਨੇ ਹੁਣ ਪ੍ਰਸ਼ਾਸਨ ਤੋਂ ਇਨਸਾਫ ਦੀ ਗੁਹਾਰ ਲਗਾਈ ਹੈ। ਉਹ ਦੁਨੇ ਸਾਢੂ ਸੀਗੇ ਜੀ, ਅਤੇ ਮੋਗੇ ਤੋਂ ਸਾਈਡ ਤੋਂ ਜਾ ਰਹੇ ਸੀ ਦੁਨੇਕਾ ਪਿੰਡ ਨੂੰ। ਦੁਨੇਕਾ ਕੋਲ ਇੱਕ ਅਵਾਰਾ ਪਸ਼ੂ ਆਇਆ, ਉਹਦੇ ਵਿੱਚ ਟਕਰਾਉਣ ਕਾਰਨ ਉਹਨਾਂ ਦਾ ਜ਼ਮੀਨ 'ਤੇ ਸਿਰ ਵੱਜਿਆ, ਸਿਰ ਵੱਜਣ ਕਾਰਨ ਗੰਭੀਰ ਸੱਟਾਂ ਲੱਗ ਗਈਆਂ। ਉੱਥੋਂ ਸੱਟਾਂ ਲੱਗਣ ਤੋਂ ਚੱਕ ਕੇ ਇਹਨਾਂ ਨੂੰ ਸਿਵਲ ਹਸਪਤਾਲ ਲੈ ਕੇ ਸਿਵਲ ਤੋਂ ਇਹਨਾਂ ਰੈਫਰ ਕਰਤਾ ਮੈਡੀਸਿਟੀ 'ਚ। ਮੈਡੀਸਿਟੀ ਦੇ ਵਿੱਚ 2-3 ਦਿਨ ਬਾਅਦ ਰੱਖਣ ਤੋਂ ਬਾਅਦ ਉਹਨਾਂ ਦੀ
ਕੱਲ ਡਾਕਟਰ ਇਹਨਾਂ ਨੂੰ ਮਿਤਕ ਕਰਾ ਦਿੱਤਾ ਜੀ। ਕਿੰਨੀ ਕੁ ਉਮਰ ਸੀ ਇਹਨਾਂ ਦੀ? 38 ਸਾਲ, ਦੋ ਬੱਚੇ ਆ ਜੀ ਇਹਨਾਂ ਦੇ, ਪਹਿਲਾਂ ਪ੍ਰਦੇਸ਼ ਦੇ ਵਿੱਚ ਆਉਂਦੇ ਸੀ, ਹੁਣ ਇਹਨੇ ਫਿਰ ਜਾਣਾ ਸੀਗਾ ਵਾਪਸ। ਰਵਿੰਦਰ ਕੁਮਾਰ ਸੀ, ਵਾਸੀ ਚੂੜ ਚੱਕਦੇ ਨੇ, ਉਮਰ ਇਹਨਾਂ ਦੀ 38 ਕੁ ਸਾਲ ਆ। ਥੋੜ੍ਹੇ ਦਿਨ ਪਹਿਲਾਂ ਉਹਨੇ ਆ ਰਹੇ ਸੀ ਇੱਧਰੋਂ ਕਲਕਲਾਂ ਸਾਈਡ ਤੋਂ ਆ ਰਹੇ ਸੀ, ਜਦੋਂ ਦੁਨੇ ਕੇ ਪਹੁੰਚੇ ਰਾਤ ਦਾ ਹਨੇਰਾ ਹੋਣ ਕਰਕੇ ਇਹਨਾਂ ਦੇ ਅੱਗੇ ਇਹਨਾਂ ਕੋਲ ਅਵਾਰਾ ਪਸ਼ੂ ਆ ਗਿਆ ਜੀ, ਉਹਦੇ ਕਰਕੇ ਇਹਨਾਂ ਦਾ ਮੋਟਰਸਾਈਕਲ ਥੱਲੇ ਡਿੱਗ ਗਿਆ, ਜਿਹਦੇ ਕਰਕੇ ਇਹਨੂੰ ਨਾ ਥੋੜ੍ਹੀਆਂ ਗੰਭੀਰ ਸੱਟਾਂ ਲੱਗ ਗਈਆਂ ਅਤੇ ਉਹਦੇ ਮੈਡੀਸਿਟੀ ਦਾਖਲ ਰਹੇ ਆ। ਕੱਲ੍ਹ ਅਚਾਨਕ ਉਹਨਾਂ ਦੀ ਕੁਦਰਤੀ ਉੱਥੇ ਮੌਤ ਹੋ ਗਈ ਜੀ ਮੈਡੀਸਿਟੀ, ਜਿਹਨਾਂ ਦੀ ਡੈੱਡ ਬੋਡੀ ਕੱਲ੍ਹ ਅਸੀਂ ਰਾਤ ਆਪਦੀ ਹਾਜ਼ਰੀ ਵਿੱਚ ਇੱਥੇ ਮੋਰਚਰੀ ਵਿੱਚ ਸਿਵਲ ਹਸਪਤਾਲ ਮੋਗਾ ਜਮ੍ਹਾਂ ਕਰਾ ਗਏ ਸੀ, ਜਿਹਨਾਂ ਦਾ ਅੱਜ ਪੋਸਟਮਾਰਟਮ ਹੋਇਆ। ਪੋਸਟਮਾਰਟਮ ਹੋਣ ਤੋਂ ਬਾਅਦ ਲਾਸ਼ ਜਿਹੜੀ ਵਾਰਸਾਂ ਦੇ ਹਵਾਲੇ ਕੀਤੀ ਜਾ ਰਹੀ ਜੀ।